सत श्री अकाल जी, मैं कुलविंदर दसांझ बोल रहा हाँ। सारे व्यूअरां का बहुत बहुत धन्यवाद जिहड़ा तुसीं देसी क्लोज लुक ते अज चैनल देख रहे हैं। तो मैं तुहानू इह दसना सी कि पहलों तो मेरी पेट्रोल ड्यूटी हुंदी सी, जिहड़ा मैं सड़कां ते घूमदा सी अपनी यूनिफॉर्म दे विच। थोड़ा ही समा होया, 3 हफ्ते होए आ जिते उन्होंने मैनू ऑफिस डैस्क दिती होई आ, ते हुण मैं ऑफिस विच काम करदा आ। जिहड़ा सैक्शन विच मैं हुण काम करदा आ, सैक्शन दा नाम हैगा डोमैसटिक वायलेंस। डोमैसटिक वायलेंस सैक्शन विच इदां हुंदा आ कि जिहड़े जनानियां नूं जां बंदियां नूं फिजिकल असॉल्ट जां सैक्सुअल असॉल्ट दी एक्सपीरियंस इंसीडेंट दे विच हुंदा आ, उह असीं केस इन्वैसटिगेट करदे हां। उहनां विचों मैं इक इन्वैसटिगेटर इस केसां ते उत्ते लाया होया आ। इह काफ़ी वड्डी समस्या आ ਸਾਡੀ ਕਮਿਊਨਿਟੀ ਦੇ ਵਿੱਚ, ਅਤੇ ਸਾਨੂੰ ਇਹ ਲੋੜ ਆ ਕਿ ਅਸੀਂ ਐਜੂਕੇਸ਼ਨ ਥੋੜ੍ਹੀ ਜਿਹੀ ਇਸ ਸਿਚੁਏਸ਼ਨ ਬਾਰੇ ਦੇਈਏ ਅਤੇ ਇਸ ਟੋਪਿਕ ਬਾਰੇ ਦੇਈਏ, ਅਤੇ ਹੌਲੀ ਹੌਲੀ ਇਸ ਪ੍ਰੋਗਰਾਮ ਰਾਹੀਂ ਅਤੇ ਹੋਰ ਪ੍ਰੋਗਰਾਮਾਂ ਵੀ ਰਾਹੀਂ ਅਸੀਂ ਤੁਹਾਨੂੰ ਇਨਫੋਰਮੇਸ਼ਨ ਦਿੰਦੇ ਰਹੋਗੇ ਕਿ ਇਸ ਸਿਚੁਏਸ਼ਨ ਬਾਰੇ ਕੀ ਹੋਣਾ ਚਾਹੀਦਾ ਆ ਅਤੇ ਅਸੀਂ ਕੀ ਕਰ ਸਕਦੇ ਅਤੇ ਇਹਦੇ ਵਾਸਤੇ ਲਾਸ ਕਿਹੜੇ ਕਿਹੜੇ ਆ। ਇਸ ਸ਼ੋਲੇ ਮੂਵੀ ਦੇ ਵਿੱਚ ਜਿਹੜਾ ਜੇਲਰ ਸਾਹਿਬ ਸੀ, ਉਹਦੀ ਇੱਕ ਲਾਈਨ ਮੈਨੂੰ ਕਦੇ ਚੇਤੇ ਨਹੀਂ ਭੁੱਲਣੀ, ਕਹਿੰਦਾ ਇਤਨੇ ਬਦਲੇ ਹੋ ਕਿ ਬਾਅਦ ਵੀ ਹਮ ਨਹੀਂ ਬਦਲੇ। ਸੋ ਮੈਂ ਤੁਹਾਨੂੰ ਵੀ ਦੱਸ ਰਿਹਾ ਹਾਂ ਕਿ ਭਾਵੇਂ ਇੰਨੇ ਮੇਰੇ ਟ੍ਰਾਂਸਫਰ ਵੀ ਹੋ ਗਏ, ਬੰਦਾ ਮੈਂ ਉਹੀ ਹਾਂ। ਸੋ ਜਿਹੜੀ ਕਮਿਊਨਿਟੀ ਇਨਵੋਲਵਮੈਂਟ ਮੈਂ ਕਰ ਰਿਹਾ ਹਾਂ, ਇਹ ਮੈਂ ਇਸ ਕਰਕੇ ਕਰ ਰਿਹਾ ਕਿ ਮੈਂ ਮੰਗਦਾ ਕਿ ਜਿਹੜੀ ਸਾਡੀ ਨਵੀਂ ਪੀੜ੍ਹੀ ਆ ਅਤੇ ਜਿਹੜੇ ਸਾਡੇ ਛੋਟੇ ਬੱਚੇ ਆ, ਉਹਨਾਂ ਨੂੰ ਕੋਈ ਐਗਜ਼ਾਮਪਲ ਦਿੱਤਾ ਜਾਵੇ, ਉਹਨਾਂ ਨੂੰ ਕੋਈ ਰੋਲ ਮਾਡਲ ਦਿੱਤਾ ਜਾਵੇ, ਜਿਸ ਕਰਕੇ ਉਹ ਆਪਣੀ ਲਾਈਫ ਇੱਕ ਪੂਰੇ ਤੰਗ ਦੇ ਨਾਲ ਅਤੇ ਸੋਚਣੀ ਦੇ ਨਾਲ ਪ੍ਰੋਡਕਟਿਵ ਸਿਟੀਜ਼ਨ ਬਣ, ਜਿੱਥੇ ਆਪਣੇ ਮਾਂ ਪਿਓ ਦਾ ਨਾਂ ਉੱਚਾ ਕਰਨ ਅਤੇ ਆਪਣੀ ਕਮਿਊਨਿਟੀ ਦਾ ਨਾਂ ਰੋਸ਼ਨ ਕਰਨ। ਰੋਸ਼ਨ ਇਸ ਤਰ੍ਹਾਂ ਹੋਊਗਾ ਕਿ ਜੇ ਇਹ ਚੰਗੇ ਕੰਮਾਂ ਵਿੱਚ ਪੈਣਗੇ ਅਤੇ ਆਪਣੀ ਐਜੂਕੇਸ਼ਨ ਲੈਣਗੇ। ਸੋ ਅਸੀਂ ਵੱਖਰੇ ਵੱਖਰੇ ਪ੍ਰੋਗਰਾਮ ਇਸ ਬੱਚਿਆਂ ਵਾਸਤੇ ਕਰ ਰਹੇ ਹਾਂ। ਮੈਂ ਤੁਹਾਨੂੰ ਥੋੜ੍ਹੇ ਜਿਹੇ ਇਸ ਪ੍ਰੋਗਰਾਮਾਂ ਬਾਰੇ ਦੱਸਣਾ ਚਾਹੁੰਦਾ, ਜਿਨ੍ਹਾਂ ਵਿੱਚ ਮੇਰੀ ਆਪ ਇਨਵੋਲਵਮੈਂਟ ਆ, ਜਿਹੜੇ ਪ੍ਰੋਗਰਾਮ ਮੈਂ ਆਪ ਬਣਾਏ ਹੋਏ ਆ, ਅਤੇ ਸਪੈਸੀਫਿਕਲੀ ਮੈਂ ਇਸ ਬੱਚਿਆਂ ਵਾਸਤੇ ਬਣਾਏ ਹੋਏ ਆ ਕਿ ਬੱਚੇ ਸਹੀ ਰਸਤੇ 'ਤੇ ਰਹਿਣ ਅਤੇ ਕ੍ਰਿਮੀਨਲ ਲਾਈਫ ਸਟਾਈਲ ਵਿੱਚ ਨਾ ਪੈਣ। ਦੋ ਪ੍ਰੋਗਰਾਮਾਂ ਬਾਰੇ ਜਿਹੜੇ ਮੈਂ ਹੁਣ ਗੱਲ ਕਰਨ ਲੱਗਾ ਹਾਂ, ਪਹਿਲਾ ਹੈਗਾ ਆ May 3rd, ਉਸ ਪ੍ਰੋਗਰਾਮ ਦਾ ਨਾਂ ਹੈਗਾ BT Power Program। ਬੀ ਟੀ ਪਾਵਰ ਪ੍ਰੋਗਰਾਮ ਅਸੀਂ ਛੋਟੇ ਜਿਹੇ ਬੱਚਿਆਂ ਵਾਸਤੇ ਬਣਾਇਆ ਹੋਇਆ, ਜਿਹੜੇ ਡਾਊਨਟਾਊਨ ਈਸਟ ਸਾਈਡ ਸਕੂਲਾਂ ਵਿੱਚੋਂ ਆ ਰਹੇ ਆ, Grade 6 and Grade 7 ਸਪੈਸੀਫਿਕਲੀ। ਇਸ ਬੱਚਿਆਂ ਨੂੰ ਇਹ ਮੌਕਾ ਦਿੱਤਾ ਜਾਣਾ ਹੈ ਕਿ ਇੱਕ ਦਿਨ ਦੇ ਪੁਲਿਸ ਟੂਰਨਾਮੈਂਟ, ਸਾਕਰ ਟੂਰਨਾਮੈਂਟ ਵਿੱਚ ਇਹ ਹਿੱਸਾ ਦਿੰਦੇ ਆ। ਉੱਥੇ ਇਹਨਾਂ ਨੂੰ ਵੱਖਰੇ ਵੱਖਰੇ ਤਰ੍ਹਾਂ ਦੇ ਖਾਣੇ, ਵੱਖਰੇ ਵੱਖਰੇ ਤਰ੍ਹਾਂ ਦੇ ਅਸੀਂ ਪ੍ਰਾਈਜ਼ ਦਿੰਦੇ ਹਾਂ, ਟਰੋਫੀਆਂ ਦਿੰਦੇ ਹਾਂ, ਸਰਟੀਫਿਕੇਟ ਦਿੰਦੇ ਹਾਂ। ਅਸੀਂ ਮੰਗਦੇ ਜਿਹੜੇ ਬੱਚਿਆਂ ਦੀ ਕੌਨਫੀਡੈਂਸ ਆ ਉਹ ਵਧੇ ਅਤੇ ਬੱਚੇ ਚੰਗੇ ਕੰਮਾਂ ਦੇ ਵਿੱਚ ਪੈਣ। ਦੂਜਾ ਪ੍ਰੋਗਰਾਮ ਅਸੀਂ ਕਰ ਰਹੇ ਹਾਂ May 26 ਨੂੰ, ਅਤੇ ਪ੍ਰੋਗਰਾਮ ਦਾ ਨਾਂ ਹੈਗਾ ਆ ਸਹਾਰਾ ਸਾਕਰ ਟੂਰਨਾਮੈਂਟ। ਇਹ ਜਿਹੜਾ ਪ੍ਰੋਗਰਾਮ ਆ ਸਪੈਸੀਫਿਕਲੀ ਅਸੀਂ ਪੰਜਾਬੀ ਬੱਚਿਆਂ ਵਾਸਤੇ ਬਣਾਇਆ ਹੋਇਆ ਆ, ਅਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸੇਮ ਥਿੰਗ, ਅਸੀਂ ਜਿਹੜੇ ਨੌਜਵਾਨਾਂ ਨੂੰ ਅਸੀਂ ਤਰ੍ਹਾਂ ਤਰ੍ਹਾਂ ਦੇ ਖਾਣੇ ਦਿੰਦੇ ਹਾਂ, ਅਸੀਂ ਇਹਨਾਂ ਨੂੰ ਇੱਕ ਦਿਨ ਸਾਕਰ ਟੂਰਨਾਮੈਂਟ ਵਿੱਚ ਖੇਡਣ ਦਾ ਮੌਕਾ ਦਿੰਦੇ ਹਾਂ, ਅਸੀਂ ਵੱਖਰੇ ਵੱਖਰੇ ਪ੍ਰਾਈਜ਼ ਦਿੰਦੇ ਹਾਂ, ਟਰੋਫੀਆਂ ਦਿੰਦੇ ਹਾਂ, ਅਤੇ ਇੱਥੇ ਕੋਰਪੋਰੇਟ ਸਪੋਂਸਰਸ਼ਿਪ ਵੀ ਕਾਫੀ ਹੁੰਦੀ ਆ। ਸੋ ਅਸੀਂ ਮੰਗਦੇ ਹਾਂ ਕਿ ਬੱਚਿਆਂ ਨੂੰ ਇਸ ਗੱਲ ਦਾ ਰੀਅਲਾਈਜ਼ ਹੋਵੇ ਕਿ ਜਿਹੜੇ ਪੁਲਿਸ ਆਫਸਰ ਆ, ਸਾਡੀ ਡਿਊਟੀ ਸਿਰਫ ਪਬਲਿਕ ਨੂੰ ਨਹੀਂ, ਸਾਡੀ ਡਿਊਟੀ ਇਸ ਗੱਲ ਨੂੰ ਵੀ ਆ ਕਿ ਅਸੀਂ ਮੇਕ ਸ਼ੋਰ ਕਰੀਏ ਕਿ ਜਿਹੜੇ ਸਾਡੀ ਨਵੀਂ ਪੀੜ੍ਹੀ ਆ, ਨਿਊ ਜਨਰੇਸ਼ਨ ਆ, ਕਿ ਉਹਨਾਂ ਨੂੰ ਜਿਹੜੀ ਰੀਸੋਰਸਿਸ ਅਮੈਨਿਟੀਜ਼ ਆ ਜਿਹੜੀਆਂ ਚਾਹੀਦੀਆਂ ਸਕਸੈਸਫੁਲ ਹੋਣ ਵਾਸਤੇ ਉਹਨਾਂ ਨੂੰ ਮਿਲਣ, ਅਤੇ ਉਹਨਾਂ ਨੂੰ ਇਹ ਵੀ ਪਤਾ ਲੱਗਾ ਕਿ ਜਿਹੜੇ ਪੁਲਿਸ ਆਫਸਰ ਆ ਇਸ ਗੱਲ ਬਾਰੇ ਕੇਅਰ ਕਰਦੇ ਆ ਕਿ ਅਸੀਂ ਮੰਗਦੇ ਹਾਂ ਕਿ ਸਕਸੈਸਫੁਲ ਕਿਸੇ ਦਿਨ ਬਣ। ਹਾਂਜੀ, ਇਹ ਜਿਹੜੇ ਅਸੀਂ ਬੱਚਿਆਂ ਵਾਸਤੇ ਪ੍ਰੋਗਰਾਮ ਬਾਰੇ ਮੈਂ ਗੱਲ ਕੀਤੀ ਸੀ, ਇਹ ਬੱਚਿਆਂ ਦੇ ਪ੍ਰੋਗਰਾਮ ਹੋ ਗਏ। ਹਾਲੇ ਜਿਹੜੇ ਦੋ ਵੱਡੇ ਤੋਂ ਵੱਡੇ ਇਵੈਂਟ ਅਸੀਂ ਲਾਏ ਹੋਏ ਆ ਇਸ ਸਾਲ, ਪਹਿਲਾ ਹੈਗਾ ਆ ਜਿਹੜੀ ਆਡ ਸਕੁਆਡ ਗੈਲਾ ਆ, ਦੂਜੀ ਹੈਗੀ ਆ ਕਿ ਪੰਜਾਬੀ ਪਲੇਅਰ ਸਪੋਰਟਸ ਅਵਾਰਡ ਆਫ ਦੀ ਈਅਰ। ਅਤੇ ਮੈਂ ਤੁਹਾਨੂੰ ਪਹਿਲੇ ਪ੍ਰੋਗਰਾਮ ਬਾਰੇ ਦੱਸਦਾ ਹਾਂ। ਜਿਹੜੀ ਆਡ ਸਕੁਆਡ ਗੈਲਾ ਹੈ, ਇਹ ਨੋਨ ਪ੍ਰੋਫਿਟ ਔਰਗਨਾਈਜੇਸ਼ਨ ਆ। ਇਹ ਜਿਹੜੀ ਔਰਗਨਾਈਜੇਸ਼ਨ ਹੈ, ਇਹਨੂੰ 15 ਸਾਲ ਹੋ ਗਏ ਆਪਰੇਟ ਕਰਦੇ ਨੂੰ, ਅਤੇ ਜਿਹੜੀ ਔਰਗਨਾਈਜੇਸ਼ਨ ਹੈ ਵੱਖਰੇ ਵੱਖਰੇ ਇਹ ਪ੍ਰੋਗਰਾਮ ਕਰਦੀ ਆ ਬੱਚਿਆਂ ਵਾਸਤੇ, ਫੋਰ ਐਗਜ਼ਾਮਪਲ ਪ੍ਰੈਜੈਂਟੇਸ਼ਨਾਂ ਕਰਦੀ ਆ, ਐਜੂਕੇਸ਼ਨਲ ਫੋਰਮ ਕਰਦੀ ਆ, ਅਤੇ ਵੱਖਰੀਆਂ ਵੱਖਰੀਆਂ ਇਹਨਾਂ ਨੇ ਮੂਵੀਆਂ ਬਣਾਈਆਂ ਹੋਈਆਂ ਆ ਬੱਚਿਆਂ ਵਾਸਤੇ ਕਿ ਉਹਨਾਂ ਨੂੰ ਪਤਾ ਲੱਗੇ ਕਿ ਜਿਹੜੀ ਗੈਂਗ ਲਾਈਫ ਆ ਅਤੇ ਡਰੱਗ ਲਾਈਫ ਆ ਇਹਨਾਂ ਵਾਸਤੇ ਬਿਲਕੁਲ ਇਹ ਨਿਕੰਮੀ ਲਾਈਫ ਸਟਾਈਲ ਆ, ਜਿਸ ਕਰਕੇ ਕਈਆਂ ਫੈਮਲੀਆਂ ਦੇ ਵਿੱਚ ਉਜਾੜ ਹੋ ਗਿਆ ਅਤੇ ਕਈਆਂ ਨੇ ਆਪਣੀ ਲਾਈਫ ਵੀ ਲੂਜ਼ ਕਰ ਲਈ ਓਵਰਡੋਸ ਕੋਲੋਂ। ਸੋ ਮੈਂ ਤੁਹਾਨੂੰ ਇਹ ਸਮਝਾ ਰਿਹਾ ਹਾਂ ਕਿ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਅਸੀਂ ਬੱਚਿਆਂ ਵਾਸਤੇ ਬਣਾਏ ਹੋਏ ਆ, ਇਸ ਤਰ੍ਹਾਂ ਦੇ ਪ੍ਰੋਗਰਾਮ ਨੂੰ ਪੈਸਿਆਂ ਦੀ ਲੋੜ ਆ, ਅਸੀਂ ਫ੍ਰੀ ਤਾਂ ਕਰ ਨਹੀਂ ਸਕਦੇ। ਇਹ ਜਿਹੜਾ ਪ੍ਰੋਗਰਾਮ ਆ, ਜਿਹੜਾ ਨਾਨ ਪ੍ਰੋਫਿਟ ਔਰਗਨਾਈਜੇਸ਼ਨ ਆ, ਆਡ ਸਕੁਆਡ ਇੰਡੀਪੈਂਡੈਂਟਲੀ ਆਪਰੇਟ ਕਰਦੀ ਆ ਵੈਨਕੂਵਰ ਪੁਲਿਸ ਡਿਪਾਰਟਮੈਂਟ ਤੋਂ ਵੱਖਰੀ। ਵੈਸੇ ਤਾਂ ਪੁਲਿਸ ਆਫਸਰਾਂ ਨੇ ਆਡ ਸਕੁਆਡ ਔਰਗਨਾਈਜੇਸ਼ਨ ਬਣਾਈ ਹੋਈ ਆ, ਪਰ ਇਹਨਾਂ ਨੂੰ ਫਿਰ ਵੀ ਤੁਹਾਡੇ ਸਪੋਰਟ ਦੀ ਲੋੜ ਆ। ਜੇ ਹੋ ਸਕੇ ਤੁਸੀਂ June 13 ਨੂੰ ਰਿਵਰ ਰੌਕ ਕਸੀਨੋ ਉੱਤੇ ਪਹੁੰਚਿਓ ਅਤੇ ਸਪੋਂਸਰਸ਼ਿਪ ਦਿਓ ਸਾਨੂੰ ਕਿ ਅਸੀਂ ਇਸ ਤਰ੍ਹਾਂ ਦੇ ਪ੍ਰੋਗਰਾਮ ਸਕਸੈਸਫੁਲ ਰੱਖੀਏ ਅਤੇ ਅਸੀਂ ਇਹ ਪ੍ਰੋਗਰਾਮ ਇਹ ਬੱਚਿਆਂ ਵਾਸਤੇ ਲੈ ਕੇ ਆਉਂਦੇ ਰਹੀਏ ਅਤੇ ਤੁਹਾਡੇ ਸਪੋਰਟ ਨਾਲ ਇਹ ਗੱਲ ਪੋਸੀਬਲ ਹੋ ਸਕਦੀ ਆ। ਜਿਹੜੇ ਆਖਰੀ ਇਵੈਂਟ ਬਾਰੇ ਮੈਂ ਹੁਣ ਗੱਲ ਕਰਨ ਚੱਲਿਆ ਹਾਂ, ਇਸ ਇਵੈਂਟ ਦਾ ਨਾਂ ਹੈਗਾ ਆ ਪੰਜਾਬੀ ਪਲੇਅਰ ਆਫ ਦ ਈਅਰ ਸਪੋਰਟਸ ਅਵਾਰਡ। ਇਹ ਹੈਗੀ June 3 ਨੂੰ, ਅਤੇ ਇਹ ਪ੍ਰੋਗਰਾਮ ਅਸੀਂ ਵਨ ਆਫ ਅ ਕਾਇੰਡ ਬਣਾਇਆ ਹੋਇਆ ਆ। ਕਹਿਣ ਦਾ ਮਤਲਬ ਕਿ ਇਸ ਤਰ੍ਹਾਂ ਦਾ ਪ੍ਰੋਗਰਾਮ ਕਦੇ ਪਹਿਲੂ ਕੈਨੇਡਾ ਵਿੱਚ ਦੇਖਿਆ ਨਹੀਂ ਕਿਸੇ ਨੇ, ਅਤੇ ਅਸੀਂ ਮੰਗਦੇ ਹਾਂ ਕਿ ਜਿਹੜੇ ਪੰਜਾਬੀ ਬੱਚੇ ਆ ਸਪੋਰਟਸਾਂ ਵਿੱਚ ਪਏ ਹੋਏ ਆ, ਜਿਨ੍ਹਾਂ ਨੇ ਕਾਫੀ ਕੁਛ ਉਹ ਸਪੋਰਟਸ ਵਿੱਚ ਅਕੰਪਲਿਸ਼ ਕੀਤਾ ਆ, ਅਤੇ ਉਹਨਾਂ ਨੂੰ ਰੈਕਗਨੀਸ਼ਨ ਮਿਲੇ। ਵੈਸੇ ਤਾਂ ਰੈਕਗਨੀਸ਼ਨ ਇਹਨਾਂ ਨੂੰ ਸਕੂਲਾਂ ਕੋਲੋਂ ਮਿਲ ਜਾਂਦੀ ਆ, ਵੈਸੇ ਤਾਂ ਰੈਕਗਨੀਸ਼ਨ ਇਹਨਾਂ ਨੂੰ ਗਵਰਨਮੈਂਟ ਕੋਲੋਂ ਮਿਲ ਜਾਂਦੀ ਆ, ਪਰ ਅਸੀਂ ਮੰਗਦੇ ਸਾਡੇ ਜਿਹੜੇ ਭਾਈਚਾਰੇ ਆ
ਪਹੁੰਚਣ ਉੱਥੇ ਉਸ ਇਵੈਂਟ ਨੂੰ ਉਸ ਦਿਨ, ਅਤੇ ਇਹ ਜਿਹੜੇ ਬੱਚਿਆਂ ਨੂੰ ਰੈਕਗਨੀਸ਼ਨ ਦੇਵੇ ਕਿ ਇਹ ਬੱਚਿਆਂ ਦਾ ਹੌਸਲਾ ਵਧੇ ਅਤੇ ਬੱਚੇ ਹੋਰ ਸਪੋਰਟਸ ਖੇਡਣ ਅਤੇ ਜਿਹੜੀ ਗੰਦਗੀ ਵਿੱਚੋਂ ਇਸ ਕ੍ਰਿਮੀਨਲ ਲਾਈਫ ਸਟਾਈਲ ਵਿੱਚੋਂ ਇਹ ਦੂਰ ਰਹਿਣ ਅਤੇ ਡਰੱਗਸ ਅਤੇ ਕ੍ਰਿਮੀਨਲ ਲਾਈਫ ਸਟਾਈਲ ਵਿੱਚ ਕਦੇ ਪੈਣ ਨਾ, ਅਤੇ ਇਹ ਆਪਣੇ ਪੇਰੈਂਟਸ ਦਾ ਨਾਂ ਰੋਸ਼ਨ ਕਰਨ ਅਤੇ ਆਪਣੀ ਕਮਿਊਨਿਟੀ ਦਾ ਨਾਂ ਵੱਡਾ ਕਰਨ। ਅਤੇ ਇਹ ਗੱਲ ਸਿਰਫ ਹੋ ਸਕਦੀ ਹੈ ਜੇ ਤੁਸੀਂ ਉਦਣ ਪਹੁੰਚੋਗੇ, ਆਪਣੀ ਸਪੋਰਟ ਦਿਖਾਓਗੇ ਅਤੇ ਇਸ ਬੱਚਿਆਂ ਦਾ ਹੌਸਲਾ ਵੱਡਾ ਕਰੋਗੇ ਅਤੇ ਉਹਨਾਂ ਨੂੰ ਸਮਝਾਓਗੇ ਕਿ ਜੇ ਐਸੀ ਲਾਈਫ ਸਟਾਈਲ ਦੇ ਵਿੱਚ ਰਹਿਣਗੇ ਅਤੇ ਚੰਗੇ ਕੰਮ ਕਰਨਗੇ ਅਤੇ ਕੁਛ ਲਾਈਫ ਵਿੱਚ ਪਾ ਸਕਦੇ ਹਨ। ਅਤੇ ਸਾਨੂੰ ਵੀ ਖੁਸ਼ੀ ਇਸ ਗੱਲ ਦੀ ਹੋਊਗੀ ਕਿ ਜਿਹੜੀ ਮੈਂ ਡਿਊਟੀ ਕਰ ਰਿਹਾ ਹਾਂ, ਜਿਹੜੀ ਯੂਨੀਫਾਰਮ ਪਾ ਕੇ ਅਤੇ ਮੈਂ ਆਪਣੀ ਡਿਊਟੀ ਨਿਭਾ ਰਿਹਾ ਹਾਂ, ਅਤੇ ਡਿਊਟੀ ਦਾ ਕੋਈ ਮਤਲਬ ਹੋਊਗਾ ਕਿ ਮੈਂ ਇਸ ਬੱਚਿਆਂ ਵਾਸਤੇ ਕੁਛ ਕਰ ਸਕਿਆ, ਕਿਉਂਕਿ ਉੱਧਰ ਨੂੰ ਮੈਂ ਪ੍ਰੈਜੈਂਟੇਸ਼ਨ ਵੀ ਦਊਂਗਾ ਅਤੇ ਮੈਂ ਸਪੀਕਰ ਵੀ ਬਣੂੰਗਾ ਇਸ ਇਵੈਂਟ 'ਤੇ। ਸੋ ਆ ਕੇ ਇਸ ਬੱਚੇ ਨੂੰ ਸਪੋਰਟ ਆਪਣੀ ਦਿਉ।